ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੁ ਨਾ ਸੂਜੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੁ ਨਾ ਸੂਜੀ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਕਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਕਿ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਸ਼ੁਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ ਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ ਆ। ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ।
ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਸਾਨੂੰ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਨੇ ਆਵਾਜ਼ਾਂ ਬਖਸ਼ਿਆ ਹੈ, ਜੋ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਦਾ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। 59 ਰਾਗ ਅੰਦਰ 5ਵੇਂ ਪਾਤਸ਼ਾਹ ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 672 ਅੰਗ ਤੇ ਦਰਜ ਹੈ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ, ਕਿਉਂਕਿ ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਨਾ ਸਰੀਰ ਨੂੰ ਗੁਰੂ ਮੰਨਿਆ ਗਿਆ, ਨਾ ਤਸਵੀਰ ਗੁਰੂ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਸ਼ਬਦ ਨੂੰ ਗੁਰੂ ਆਖਿਆ, ਉਸੇ ਸ਼ਬਦ ਦੇ ਲੜ ਸਾਨੂੰ ਲਾਇਆ। ਮੇਰੀ ਇੱਕ ਆਪਣੀ ਇਮਾਨਤਾ ਹੈ ਕਿ ਜੇ ਸਤਿਗੁਰੂ ਚਾਹੁੰਦੇ ਤੇ ਕੋਈ ਬਹੁਤ ਸੋਹਣਾ ਸਿਆਣਾ, ਕੋਈ ਮੂਰਤੀ ਬਣਾਉਣ ਵਾਲਾ ਬੁਲਾ ਕੇ ਆਪਣੀ ਪ੍ਰਤਿਮਾ ਤਿਆਰ ਕਰਵਾ ਦਿੰਦੇ ਕਿ ਭਾਈ ਤੁਸੀਂ ਕਰੋੜਾਂ ਹੀ ਦੇਵੀਆਂ ਦੇਵਤੇ ਨੇ, ਪਰ ਜਿਹੜੀ ਧਰਮਸ਼ਾਲਾ ਬਣਾਓਗੇ ਉੱਥੇ ਮੇਰੀ ਮੂਰਤੀ ਰੱਖਣੀ, ਮੇਰੀ ਪ੍ਰਤਿਮਾ ਰੱਖ ਕੇ ਉਹਦੀ ਪੂਜਾ ਅਰਚਾ ਕਰਨੀ ਹੈ। ਪਰ ਸਤਿਗੁਰੂ ਜੀ ਤਾਂ ਸਾਨੂੰ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਆਏ, ਉਹਦੀ ਸਾਨੂੰ ਆ ਕੇ ਪ੍ਰੇਮਾ ਭਗਤੀ ਦ੍ਰਿੜ ਕਰਾਈ ਹੈ, ਪਰ ਆਪਣੇ ਆਪ ਨੂੰ ਉਹਦੇ ਵਿੱਚ ਕਿਤੇ ਜਤਾਇਆ ਨਹੀਂ ਹੈ। ਸਤਿਗੁਰਾਂ ਦੇ ਆਪਣੇ ਵਕਤ ਵੀ ਸਤ ਕਰਤਾਰ ਦਾ ਆਵਾਜ਼ਾ ਹੁੰਦਾ ਸੀ ਤੇ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਤੇ ਵੀ ਆਪਣਾ ਨਾਂ ਜਾਂ ਆਪਣੇ ਵੱਖ ਵੱਖ ਜਾਮਿਆਂ ਦਾ ਨਾਮ ਦਰਜ ਨਹੀਂ ਕੀਤਾ। ਇਹ ਗੱਲਾਂ ਸਾਰੀਆਂ ਪ੍ਰਤੱਖ ਨੇ, ਪ੍ਰਗਟ ਨੇ, ਪਰ ਬਿਲਕੁਲ ਸਾਡੇ ਸਾਹਮਣੇ ਨੇ। ਇਹਦੇ ਵਿੱਚ ਕੋਈ ਗੁੱਝੀ ਛੰਨੀ ਬਾਤ ਨਹੀਂ ਹੈ। ਪਰ ਅੱਜ ਦੇ ਸ਼ਬਦ ਵਿੱਚ ਜਿਹੜਾ ਸਤਿਗੁਰੂ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਆ, ਸਾਨੂੰ ਧਰਮ ਦੀ ਅਸਲ ਜਿਹੜੀ ਅਵਧੀ ਹੈ ਉਹ ਦ੍ਰਿੜਾਈ ਹੈ, ਦੱਸੀ ਹੈ। ਕਿਉਂਕਿ ਪੜ੍ਹਦੇ ਤੇ ਹਾਂ ਅਸੀਂ ਜਪਜੀ ਸਾਹਿਬ ਦੇ ਅੰਦਰ ਕਿ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਅਸਲ ਵਿੱਚ ਧਰਮ ਦੀ ਲੋੜ ਕੀ ਹੈ? ਤਾਂ ਕਿ ਮਨੁੱਖ ਸੰਤੋਖੀ ਹੋ ਕੇ ਰਹਿ ਸਕੇ। ਧਰਮ ਦੀਆਂ ਨਿਸ਼ਾਨੀਆਂ ਕੀ ਨੇ? ਮਨੁੱਖ ਸੰਤੋਖੀ ਹੋਵੇ,
ਮਨੁੱਖ ਜਤੀ ਸਤੀ ਹੋਵੇ, ਮਨੁੱਖ ਸਚਿਆਰ ਹੋਵੇ, ਮਨੁੱਖ ਦਇਆਵਾਨ ਹੋਵੇ, ਮਨੁੱਖ ਪ੍ਰੇਮ ਦੇ ਵਿੱਚ ਭਿੱਜਿਆ ਹੋਵੇ, ਇਹ ਧਰਮ ਹੈ। ਅਸੀਂ ਵੱਖਰੀਆਂ ਧਰਮ ਦੀਆਂ ਨਿਸ਼ਾਨੀਆਂ ਵੱਖਰੇ ਵੱਖਰੇ ਧਰਮਾਂ ਦੇ ਲੋਕਾਂ ਨੇ ਮੰਨ ਕੇ ਔਰ ਉੱਥੇ ਹੀ ਧਰਮ ਨੂੰ ਅਸੀਂ ਰੋਕਣ ਦਾ ਯਤਨ ਕੀਤਾ। ਕੋਈ ਕਹੇ ਮੈਂ ਮੁਸਲਮਾਨ ਹਾਂ ਤਾਂ ਮੇਰਾ ਸਵਾਲ ਹੋਏਗਾ ਵੀ ਤੇਰੀ ਸੁੰਨਤ ਹੋਈ ਹੈ ਕਿ ਤੂੰ ਆਪਣੀਆਂ ਲਵਾਂ ਕੱਟੀਆਂ ਨੇ, ਕਿ ਤੂੰ ਗਿੱਟਿਆਂ ਤੋਂ ਉੱਚਾ ਪਜਾਮਾ ਪਾਇਆ। ਕੋਈ ਕਹੇ ਹਿੰਦੂ ਹੈ ਤਾਂ ਮੈਂ ਕਹਾਂਗਾ ਤੇਰੇ ਗਲ ਵਿੱਚ ਜਨੇਊ ਹੈਗਾ, ਤੂੰ ਧੋਤੀ ਪਾਈ ਹੈ, ਤਿਲਕ ਲਾਇਆ, ਬੋਦੀ ਰੱਖੀ ਹੈ। ਇਸੇ ਤਰ੍ਹਾਂ ਜੇ ਕੋਈ ਕਹੇ ਮੈਂ ਸਿੱਖ ਹਾਂ ਤਾਂ ਸਾਡਾ ਸਵਾਲ ਇਹੀ ਹੈ ਵੀ ਭਾਈ ਤੂੰ ਕਛਹਿਰਾ ਧਾਰਨ ਕੀਤਾ ਹੋਇਆ, ਤੇਰੇ ਕੋਲ ਗਾਤਰਾ ਕਿਰਪਾਨ ਹੈਗੀ ਹੈ। ਇਹ ਧਾਰਮਿਕ ਚਿੰਨ੍ਹ ਇਹ ਸਾਡੇ ਬਾਹਰ ਦੇ ਸਾਈਨ ਬੋਰਡ ਸਨ ਤਾਂ ਕਿ ਇਹ ਸਾਡਾ ਡਰੈਸ ਕੋਡ ਸੀ, ਜਿਵੇਂ ਸਕੂਲਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਹੁੰਦਾ ਹੈ ਕਿ ਪਤਾ ਲੱਗ ਸਕੇ ਕਿ ਇਹ ਬੰਦਾ ਕਿਹਦੇ ਨਾਲ ਸੰਬੰਧਿਤ ਹੈ, ਕਿਹੜੇ ਸਕੂਲ ਨਾਲ, ਕਿਹੜੀ ਫਰਮ ਨਾਲ, ਕਿਹੜੀ ਕਾਰਪੋਰੇਸ਼ਨ ਨਾਲ। ਹੁਣ ਇਸ ਤੋਂ ਜਿਹੜੀ ਅਗਲੀ ਗੱਲ ਸੀ, ਉੱਥੇ ਅਸੀਂ ਬਹੁਤ ਘਾਟਾ ਖਾਧਾ ਹੈ, ਪਰ ਇਹੋ ਹੀ ਕਾਰਨ ਹੈ ਕਿ ਧਰਮ ਦੇ ਵਿੱਚ ਕੇਵਲ ਖੜੋਤ ਨਹੀਂ ਆਈ, ਧਰਮ ਦੇ ਵਿੱਚ ਬਲਾਸਟ ਹੋਣੇ ਸ਼ੁਰੂ ਹੋ ਗਏ। ਪਰ ਸਿਰਫ ਸਾਨੂੰ ਆਪਣਾ ਪਤਾ, ਅਸੀਂ ਆਪਣੇ ਆਪ ਨੂੰ ਕੋਸਦੇ ਹਾਂ। ਜੇ ਅਸੀਂ ਥੋੜ੍ਹਾ ਜਿਹਾ ਬਾਹਰ ਨਿਕਲਾਂਗੇ ਤਾਂ ਸਮਝ ਆਵੇਗੀ ਵੀ ਹਾਲ ਸਾਰਿਆਂ ਦਾ ਹੀ ਇਹੋ ਜਿਹਾ। ਇੱਕ ਮਨੋਰਿਟੀ ਸ਼ਬਦ ਅਸੀਂ ਵਰਤਦੇ ਹਾਂ, ਘੱਟ ਗਿਣਤੀ, ਔਰ ਇਹ ਗੱਲ ਕਹਿਣ 'ਚ ਮੈਨੂੰ ਕੋਈ ਝਿਜਕ ਨਹੀਂ ਕਿ ਹਰ ਧਰਮ ਦੇ ਵਿੱਚ, ਅਸਲ ਦੇ ਵਿੱਚ ਧਰਮ ਨੂੰ ਮੰਨਣ ਵਾਲਿਆਂ ਦੀ ਘੱਟ ਗਿਣਤੀ ਹੈ। ਔਰ ਸਿੱਖ ਧਰਮ ਕਰਨੀ ਪ੍ਰਧਾਨ ਧਰਮ ਹੈ, ਕਥਨੀ ਪ੍ਰਧਾਨ ਧਰਮ ਨਹੀਂ ਹੈ। ਕੇਵਲ ਬੋਲਣ ਤੱਕ ਸੀਮਤ ਨਹੀਂ ਹੈ। ਅੱਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਇਸ ਮਾਇਆ ਦੀ ਤ੍ਰਿਸ਼ਨਾ ਵਿੱਚ, ਇਸ ਮਾਇਆ ਦੀ ਮੋਹ ਪਕੜ ਵਿੱਚ ਕੋਈ ਤ੍ਰਿਪਤ ਨਹੀਂ ਹੋਇਆ, ਕੋਈ ਰੱਜਿਆ ਨਹੀਂ ਪਾਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋ ਰਹੇ, ਪਰੇ ਪਰੇ ਹੀ ਕੋ ਲੁੱਝੀ ਹੈ। ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਔਰ ਵੇਖੋ ਦ੍ਰਿਸ਼ਟਾਂਤ ਸਤਿਗੁਰਾਂ ਨੇ ਕੈਸਾ ਦਿੱਤਾ ਕਿ ਕੀ ਕਦੇ ਈਂਧਨ ਦੇ ਨਾਲ ਉਹ ਬਾਲਣ ਜਿਹੜਾ ਅੱਗ ਵਾਸਤੇ ਵਰਤਿਆ ਜਾਂਦਾ
ਉਹਨੂੰ ਤੁਸੀਂ ਗੈਸ ਕਹਿ ਦਿਓ, ਪੈਟਰੋਲ ਕਹਿ ਦਿਓ, ਮਿੱਟੀ ਦਾ ਤੇਲ ਕਹਿ ਦਿਓ, ਲੱਕੜੀਆਂ ਕਹਿ ਦਿਓ, ਕਦੇ ਇਹਨਾਂ ਚੀਜ਼ਾਂ ਨਾਲ ਵੀ ਅੱਗ ਤ੍ਰਿਪਤ ਹੋਈ ਹੈ। ਇਹਦੇ ਨਾਲ ਅੱਗ ਦੇ ਪਾਂਬੜ ਬਣਦੇ ਨੇ, ਮੱਚਦੇ ਨੇ, ਅੱਗ ਬੁੱਝਦੀ ਨਹੀਂ ਹੈ। ਜਿਉਂ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ, ਕਿ ਰੱਬ ਤੋਂ ਬਿਨਾਂ ਵੀ ਕੋਈ ਬੰਦਾ ਰੱਜ ਸਕਦਾ ਹੈ? ਬਿਨਾਂ ਸੰਤੋਖ ਨਹੀਂ ਕਉ ਰੱਜ ਹੈ। ਰੱਜ ਜਿੱਦਣ ਵੀ ਆਏਗਾ ਪਦਾਰਥਾਂ ਨਾਲ ਨਹੀਂ ਆਏਗਾ, ਕੋਠੀਆਂ ਕਾਰਾਂ ਧਨ ਦੌਲਤ ਇਹਨਾਂ ਵਸਤਾਂ ਨਾਲ ਨਹੀਂ ਆਏਗਾ ਭਾਈ। ਰੱਜ ਤੇ ਜਦੋਂ ਵੀ ਆਏਗਾ ਸੰਤੋਖ ਨਾਲ ਆਏਗਾ, ਸੰਤੋਖ ਜਦੋਂ ਵੀ ਆਏਗਾ ਧਰਮ ਨਾਲ ਆਏਗਾ, ਧਰਮ ਜਦੋਂ ਵੀ ਆਏਗਾ ਇਹ ਦਇਆ ਤੋਂ ਪੈਦਾ ਹੋਏਗਾ। ਦਇਆ ਮੂਲ ਹੈ, ਤਰਸ ਦਰਵਣਾ ਕੋਮਲਤਾ ਕਠੋਰਤਾ ਨਹੀਂ ਹੈ। ਸਤਿਗੁਰੂ ਪਿਤਾ ਮਹਾਰਾਜ ਨੇ ਜਿਹੜਾ ਧਰਮ ਸਾਨੂੰ ਦਿੱਤਾ ਹੈ, ਵੇਖੋ ਉਹਦੇ ਚ ਪਹਿਲੀ ਮੱਦ ਇਹੀ ਰੱਖੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਧਰਮ ਪ੍ਰੇਮ ਦੀ ਖੇਡ ਹੈ, ਕੱਟੜਤਾ ਦੀ ਖੇਡ ਨਹੀਂ ਹੈ, ਨਾ ਸੰਕੀਰਨਤਾ ਦੀ ਖੇਡ ਹੈ, ਨਾ ਹੀ ਇਹ ਕਿਸੇ ਦੂਈ ਦਵੈਤ ਦੀ ਖੇਡ ਹੈ ਭਾਈ। ਤੋ ਧੰਨ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਅੱਜ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਆਰੰਭਤਾ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ। ਰਾਗ ਤਨਾਸਰੀ ਹੈ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਹਨ। ਵੱਡੇ ਵੱਡੇ ਰਾਜਨ ਅਰ ਭੂਮਨਾ, ਤਾ ਕੀ ਤ੍ਰਿਸ਼ਨ ਨਾ ਬੂਜੀ। ਵੱਡੇ ਵੱਡੇ ਰਾਜੇ ਹੋਏ ਨੇ, ਵੱਡੇ ਵੱਡੇ ਜ਼ਮੀਨਾਂ ਜਗੀਰਾਂ ਦੇ ਧਰਤੀਆਂ ਦੇ ਮਾਲਕ ਇਸ ਸੰਸਾਰ ਵਿੱਚ ਹੋਏ ਨੇ ਭਾਈ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਕਿਸੇ ਦੀ ਭੁੱਖ ਨਹੀਂ ਮਿੱਟੀ, ਕਿਸੇ ਦੀ ਤ੍ਰਿਸ਼ਨਾ ਨਹੀਂ ਮਿੱਟੀ ਕਿ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਗੋਂ ਸੱਚ ਇਹ ਹੈ ਕਿ ਜਲ ਮੈਂ ਅਗਨ ਉੱਠੀ ਅਧਕਾਏ, ਇਹਨਾਂ ਪਦਾਰਥਾਂ ਦੇ ਵਿੱਚੋਂ ਮਨੁੱਖ ਦੇ ਅੰਦਰ ਭੁੱਖ ਜਿਹੜੀ ਹੈ ਉਹ ਹੋਰ ਵਧੀ ਹੈ, ਹੋਰ ਪੈਦਾ ਹੋਈ ਹੈ, ਹੋਰ ਚਮਕੀ ਹੈ। ਬੜੇ ਬੜੇ ਵੱਡੇ ਰਾਜੇ ਹੋਏ ਨੇ, ਬੜੇ ਬੜੇ ਵੱਡੇ ਧਰਤੀ ਦੇ ਜ਼ਮੀਨਾਂ ਦੇ ਮਾਲਕ ਹੋਏ ਨੇ, ਪਰ ਤ੍ਰਿਸ਼ਨਾ ਕਿਸੇ ਦੀ ਨਹੀਂ ਮਿੱਟੀ। ਹਾਂਜੀ, ਲਾਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੂ ਨਾ ਸੂਜੀ। ਉਹਨਾਂ ਨੂੰ ਗਿਆਨ ਦੇ ਨੇਤਰ ਪ੍ਰਾਪਤ ਹੀ ਨਹੀਂ ਹੋਏ, ਉਹ ਇਸ ਮਾਇਆ ਦੇ ਵਿੱਚ ਲਿਪਟੇ ਰਹੇ, ਇਸ ਮਾਇਆ ਨੂੰ ਹੀ ਚੰਬੜੇ ਰਹੇ। ਸਾਰੀ ਜ਼ਿੰਦਗੀ ਉਹਨਾਂ ਦੀ ਮਾਇਆ ਨਾਲ ਬੀਤ ਗਈ ਅਤੇ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਗਵਾ ਲਿਆ। ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਮਾਇਆ ਦਾ ਇੱਕ ਰੂਪ ਨਹੀਂ ਹੈ। ਕੇਵਲ ਅਸੀਂ ਕਰੰਸੀ ਨੂੰ, ਪੈਸੇ ਨੂੰ, ਨੋਟਾਂ ਨੂੰ, ਡਾਲਰਾਂ ਨੂੰ, ਪੌਂਡਾਂ ਨੂੰ, ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਿਹੜੇ ਪੈਸੇ ਵਰਤੇ ਜਾਂਦੇ ਉਹਨਾਂ ਦੇ ਨਾਵਾਂ ਨੂੰ ਮਾਇਆ ਕਹਿੰਦੇ ਹਾਂ,
ਅਸਲ ਵਿੱਚ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ। ਉਹ ਹਰ ਚੀਜ਼ ਮਾਇਆ ਬਣ ਗਈ ਜਿਹਦੇ ਮੋਹ ਵਿੱਚ ਅਸੀਂ ਪਰਮਾਤਮਾ ਨੂੰ ਭੁੱਲ ਗਏ। ਉਹ ਪਦਵੀ ਵੀ ਹੋ ਸਕਦੀ ਹੈ, ਉਹ ਤੁਹਾਡਾ ਪਰਿਵਾਰ ਵੀ ਹੋ ਸਕਦਾ। ਇਹ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਮਾਇਆ ਮਾੜੀ ਨਹੀਂ ਸੀ, ਜਨਮ ਸਾਖੀ ਦੇ ਕਰਤੇ ਨੇ ਲਿਖਿਆ ਕਿ ਬਾਬੇ ਨਾਨਕ ਨੇ ਮਾਇਆ ਨਹੀਂ ਮਾਇਆ ਦੀ ਮਮਤਾ ਤਿਆਗੀ ਸੀ। ਜਿਹੜਾ ਹੱਟ ਚੱਲਦਾ ਸੀ ਮਾਇਆ ਨਾਲ ਹੀ ਚੱਲਦਾ ਸੀ। ਮੋਦੀ ਖਾਨਾ ਮਾਇਆ ਤੋਂ ਬਿਨਾਂ ਨਹੀਂ ਚੱਲਦਾ, ਪਰ ਉਹਦੇ ਵਿੱਚ ਮਮਤਾ ਨਹੀਂ ਸੀ। ਇਸੇ ਕਰਕੇ ਜਦੋਂ ਪਿਤਾ ਜੀ ਆਏ, ਮੈਂ ਤਾਂ ਕਲਿਆਣ ਦਾਸ ਸੁਣਿਆ ਤਲਵੰਡੀ ਵਿੱਚ ਬੈਠ ਕੇ ਸੁਲਤਾਨਪੁਰ ਲੋਧੀ ਦੀ ਸ਼ੋਭਾ ਸੁਣੀ, ਮਹਿਮਾ ਸੁਣੀ, ਆਪਣੇ ਪੁੱਤਰ ਦੀ ਕੀਰਤੀ ਸੁਣੀ। ਕੋਈ ਸਾਧੂ ਮਹਾਤਮਾ ਕੋਈ ਗਰੀਬ ਆਉਂਦਾ ਤੇ ਆ ਕੇ ਸ਼ੋਭਾ ਕਰਦਾ, ਪਿਤਾ ਜੀ ਵੀ ਤੁਰ ਪਏ, ਜਾ ਕੇ ਮੋਦੀ ਖਾਨੇ ਤੇ ਬੈਠ ਗਏ। ਉਹਨਾਂ ਸੋਚਿਆ ਕਿ ਮੈਂ ਤੇ ਯਤਨ ਕੀਤਾ ਸੀ ਕਿ ਮੇਰਾ ਪੁੱਤਰ ਧਨ ਕਮਾਵੇ, ਪਰ ਚਲੋ ਜੇ ਮੇਰੇ ਕੋਲ ਰਹਿ ਕੇ ਨਹੀਂ ਆਪਣੀ ਭੈਣ ਕੋਲ ਜਾ ਕੇ ਜੇ ਧਨ ਕਮਾਉਣ ਲੱਗ ਪਿਆ ਤੇ ਇਹ ਤਾਂ ਬੜੀ ਖੁਸ਼ੀ ਦੀ ਖਬਰ ਹੈ। ਹੁਣ ਇੱਥੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਕਰਤੇ ਨੇ ਲਿਖਿਆ, ਭਾਈ ਸੰਤੋਖ ਸਿੰਘ ਜੀ ਨੇ, ਦਵੈ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਅਲਾਈ। ਦੋ ਘੜੀਆਂ ਤਕਰੀਬਨ ਪੌਣਾ ਘੰਟਾ ਉਹਨਾਂ ਨੇ ਮੋਦੀ ਖਾਨੇ ਦੀ ਜਦੋਂ ਵਿਵਸਥਾ ਵੇਖੀ ਕਿ ਇੱਥੇ ਤੇ ਫੁਰਸਤ ਹੀ ਨਹੀਂ ਹੈ, ਸਮਾਂ ਹੀ ਨਹੀਂ ਹੈ, ਇੰਨੇ ਗਾਹਕ ਆਉਂਦੇ ਨੇ, ਇਸ ਕਦਰ ਸੌਦਾ ਵੇਚਿਆ ਜਾ ਰਿਹਾ ਹੈ। ਦੁਆ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਅਲਾਈ, ਬਹੁ ਕਾਲ ਭਇਓ ਸੁਲਤਾਨਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ। ਪੁੱਤਰ ਨਾਨਕ, ਤੈਨੂੰ ਤੇ ਬੜਾ ਹੀ ਚਿਰ ਹੋ ਗਿਆ ਸੁਲਤਾਨਪੁਰ ਆਇਆ, ਇਹ ਮੋਦੀ ਦੀ ਕਿਰਤ ਕਰਦੇ ਆ ਤੇ ਕਿੰਨੇ ਕੁ ਪੈਸੇ ਕਮਾਏ, ਕਿੰਨੇ ਇਕੱਠੇ ਕੀਤੇ। ਪੁੰਨ ਪੰਕਜ ਲੋਚਨ ਬੈਣ ਭਨੇ, ਬਹੁ ਕੀਨ ਕਮਾਈ ਕਰੀ ਇਹ ਥਾਈ। ਪਿਤਾ ਜੀ, ਮੈਂ ਤੇ ਇੱਥੇ ਆ ਕੇ ਬੜੀ ਕਮਾਈ ਕੀਤੀ ਹੈ, ਮੈਂ ਤੇ ਇੱਥੇ ਆ ਕੇ ਬਹੁਤ ਕਮਾਈ ਕੀਤੀ ਹੈ। ਨਾ ਏਕ ਬਰਾਟਕਾ ਸੰਚ ਕਰੀ, ਪਰ ਮੈਂ ਕੋਈ ਪੈਸਾ ਇਕੱਠਾ ਨਹੀਂ ਕੀਤਾ। ਇਤ ਆਵਤ ਹੈ ਉਤ ਜੋ ਚੱਲ ਜਾਈ, ਇਧਰੋਂ ਪੈਸੇ ਆਉਂਦੇ ਨੇ ਉਧਰ ਚਲੇ ਜਾਂਦੇ ਨੇ। ਬੜਾ ਗੁੱਸਾ ਚੜਿਆ ਪਿਤਾ ਜੀ ਨੂੰ ਵੀ ਇਹ ਕੀ ਕਮਾਈ ਵੀ ਕੀਤੀ ਹੈ ਤੇ ਧਨ ਜੋੜਿਆ ਹੀ ਕੋਈ ਨਹੀਂ। ਅਸਲ ਵਿੱਚ ਇਹ ਦੁਨੀਆਂ ਦੀ ਫਿਤਰਤ ਹੈ, ਦੁਨੀਆਂ ਦਾ ਸੁਭਾਅ ਹੈ ਕਿ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਨੇਤਰਾਂ ਤੋਂ ਕੋਈ ਗੱਲ ਸਮਝ ਆ ਹੀ ਨਹੀਂ ਸਕੀ ਇਸ ਮਾਇਆ ਦੇ ਸੱਚ ਨੂੰ, ਮਨੁੱਖ ਸਮਝ ਨਹੀਂ ਸਕਿਆ ਕਿ ਸਾਡੇ ਤੋਂ ਪਹਿਲਾਂ ਕਿੱਡੇ ਕਿੱਡੇ ਵੱਡੇ ਇੱਥੇ ਇਸ ਮਾਇਆ ਦੇ ਪਤੀ ਲੋਕ ਆਏ, ਇਸ ਮਾਇਆ ਨੂੰ ਛੱਡ ਕੇ ਚਲੇ ਗਏ। ਕਿਉਂਕਿ ਇਹ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਇਹ ਧਨ ਦਾ ਇੱਕ ਸੁਭਾਅ ਹੈ, ਇਹ ਕਿਸੇ ਦੇ ਨਾਲ ਵੀ ਨਹੀਂ ਜਾਂਦਾ ਤੇ ਇਹ ਕਿਸੇ ਦੀ ਜਗੀਰ ਵੀ ਨਹੀਂ ਬਣਦਾ।
ਇਹਦੀ ਆਪਣੇ ਆਪ ਹੀ ਵਫਾਦਾਰੀ ਜਿਹੜੀ ਉਹ ਤਬਦੀਲ ਹੋ ਜਾਂਦੀ ਹੈ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਕਿ ਜੇ ਭਾਈ ਇਸ ਧਨ ਦਾ ਪਤੀ ਮਰ ਜਾਏ ਤਾਂ ਨਾਰ ਨਾ ਰੋਵੇ। ਇਹ ਮਾਇਆ ਰੋਂਦੀ ਨਹੀਂ ਕਦੇ, ਕਿਉਂਕਿ ਉਸ ਰਖਵਾਰੋ ਔਰੋ ਹੋਵੇ ਉਹਨੂੰ ਘਰ ਵਸਾਉਣ ਵਾਲੇ ਕਈ ਖੜੇ ਹੁੰਦੇ ਨੇ। ਤੁਸੀਂ ਵੇਖਿਆ ਹੋਏਗਾ ਮਰਿਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਲੋਕ ਵੰਡ ਦਿੰਦੇ ਨੇ, ਘਰੋਂ ਬਾਹਰ ਸੁੱਟ ਦਿੰਦੇ ਨੇ, ਪਰ ਉਹਦੀ ਕੀਮਤੀ ਚੀਜ਼ ਕੋਈ ਨਹੀਂ ਸੁੱਟਦਾ। ਮੰਜਾ ਸੁੱਟ ਦੇਣਗੇ, ਬਿਸਤਰਾ ਸੁੱਟ ਦੇਣਗੇ, ਕੱਪੜੇ ਸੁੱਟ ਦੇਣਗੇ। ਕਦੇ ਘੜੀ ਸੁੱਟੀ ਕਿਸੇ ਨੇ, ਕਦੇ ਕੜਾ ਲਾ ਕੇ, ਮੁੰਦਰੀ ਲਾ ਕੇ ਕਦੇ ਕਿਸੇ ਨੇ ਬਾਹਰ ਸੁੱਟੀ ਹੈ। ਦੱਬੀ ਜ਼ਬਾਨ ਨਾਲ ਇਹ ਗੱਲ ਸਾਰੇ ਮੰਨਦੇ ਨੇ ਵੀ ਜੇ ਬੰਦਾ ਮਰ ਜਾਏ ਨਾ ਤੇ ਘਰ ਦੇ ਪਹਿਲਾਂ ਉਹਦਾ ਸਮਾਨ ਲਾਉਂਦੇ ਨੇ ਤੇ ਮਗਰੋਂ ਚੀਕ ਮਾਰਦੇ ਨੇ ਵੀ ਜੇ ਬੈਠੇ ਖਲੋਤਿਆਂ ਲਾਈ ਤੇ ਅਗਲੇ ਕਹਿਣਗੇ ਲੈ ਦੱਸੋ ਇਹ ਤਾਂ ਮਰੇ ਦੀਆਂ, ਇਹਨਾਂ ਨੇ ਘੜੀ ਵੀ ਲਾ ਲਈ ਤੇ ਮੁੰਦਰੀ ਵੀ ਲਾ ਲਈ। ਅਸੀਂ ਕਹਿੰਦੇ ਨਹੀਂ ਆ, ਪਰ ਦੱਬੀ ਜ਼ਬਾਨ ਨਾਲ ਅਸੀਂ ਮੰਨਦੇ ਜ਼ਰੂਰ ਇਹ ਗੱਲਾਂ। ਇਹ ਗੱਲਾਂ ਹੁੰਦੀਆਂ ਨੇ, ਇਹ ਸੱਚ ਹੈ। ਬੜੇ ਬੜੇ ਰਾਜੇ ਆਏ, ਬੜੇ ਬੜੇ ਜ਼ਮੀਨਾਂ ਦੇ ਧਰਤੀਆਂ ਦੇ ਮਾਲਕ ਆਏ ਨੇ ਭਾਈ, ਸਭ ਮਾਇਆ ਦੇ ਵਿੱਚ ਲਿਪਟ ਕੇ, ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਗਵਾਚ ਕੇ ਚਲੇ ਗਏ। ਉਹਨਾਂ ਨੂੰ ਸਮਝ ਨਹੀਂ ਆ ਸਕੀ ਕਿ ਇਸ ਕਾਇਨਾਤ ਦਾ ਸੱਚ ਕੀ ਹੈ, ਕੁਦਰਤ ਦਾ ਸੱਚ ਕੀ ਹੈ। ਹਾਂਜੀ, ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ। ਇਸ ਮਾਇਆ ਦੇ ਵਿੱਚ ਕਿਸੇ ਨੇ ਰੱਜ ਪ੍ਰਾਪਤ ਨਹੀਂ ਕੀਤਾ, ਕੋਈ ਰੱਜਿਆ ਨਹੀਂ ਅਜੇ ਤੱਕ, ਤ੍ਰਿਪਤ ਨਹੀਂ ਹੋਇਆ। ਹਾਂਜੀ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਕਾਈ। ਬੰਦਿਆ, ਜਿਵੇਂ ਈਂਧਨ ਦੇ ਨਾਲ ਅੱਗ ਬਾਲਣ ਵਾਲੇ ਪਦਾਰਥ, ਉਹਨਾਂ ਵਿੱਚ ਲੱਕੜ ਵੀ ਹੋ ਸਕਦੀ ਹੈ, ਗੈਸ ਵੀ ਹੋ ਸਕਦੀ ਹੈ, ਤੇਲ ਵੀ ਹੋ ਸਕਦਾ, ਜਿਵੇਂ ਇਹਨਾਂ ਚੀਜ਼ਾਂ ਨਾਲ ਕਦੇ ਅੱਗ ਨਹੀਂ ਰੱਜਦੀ, ਮਤ ਸੋਚੀ ਇਹਨਾਂ ਪਦਾਰਥਾਂ ਨਾਲ ਤੂੰ ਰੱਜ ਜਾਏਗਾ। ਸਿਰਫ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ, ਪਰਮਾਤਮਾ ਦਾ ਨਾਮ ਹੈ, ਜਿਹਦੇ ਨਾਲ ਮਨੁੱਖ ਤ੍ਰਿਪਤ ਹੁੰਦਾ ਹੈ, ਮਨੁੱਖ ਰੱਜ ਜਾਂਦਾ ਹੈ। ਵੇਖੋ ਕਿੰਨਾ ਪਿਆਰਾ ਸ਼ਬਦ ਹੈ, ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਆਪਣਾ ਨਾਮ ਦੇ ਤਾਂ ਕਿ ਮਨ ਦੀਆਂ ਭੁੱਖਾਂ ਮਿਟ ਜਾਣ। ਨਹੀਂ ਤਾਂ ਚੇਤਾ ਰੱਖਣਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲਓ, ਕਦੇ ਮਨੁੱਖ ਇਹ ਨਹੀਂ ਕਵੇਗਾ ਮੈਨੂੰ ਹੋਰ ਨਹੀਂ ਚਾਹੀਦੇ, ਮੇਰੇ ਕੋਲ ਬਹੁਤ ਹੈ, ਮੈਂ ਕੀ ਕਰਨਾ ਹੈ। ਹਾਂਜੀ, ਰਹਾਉ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਹੁਣ ਜਿਹੜਾ ਰੋਜ਼ ਸਵਾਦਿਸ਼ਟ ਭੋਜਨ, ਵੱਖਰੇ ਵੱਖਰੇ ਭੋਜਨ ਰੋਜ਼ ਕਰਦਾ ਹੈ, ਕੀ ਤੁਸੀਂ ਸੋਚ ਸਕਦੇ ਹੋ ਕਿ ਭੋਜਨ ਨਾਲ ਉਹਦੀ ਭੁੱਖ ਮਿਟ ਸਕਦੀ ਹੈ? ਜਿਹਦੀ ਭੁੱਖ ਮਿਟੀ ਹੈ ਉਹਨੇ ਤੇ ਹੱਥ ਦੇ ਉੱਤੇ ਪ੍ਰਸ਼ਾਦਾ ਰੱਖਿਆ, ਪ੍ਰਸ਼ਾਦੇ ਤੇ ਥੋੜ੍ਹੀ ਜਿਹੀ ਭਾਜੀ ਰੱਖੀ, ਦਾਲ ਸਬਜ਼ੀ ਪਾਈ ਤੇ ਖਾ ਲਿਆ ਤੇ ਸ਼ੁਕਰ ਕੀਤਾ। ਤੇ ਜਿਹੜਾ ਸਵਾਦਾਂ ਵਿੱਚ ਪੈ ਗਿਆ ਭਾਈ, ਉਹ ਕਦੇ ਵੀ ਭੋਜਨ ਦੇ ਪੱਖੋਂ ਤ੍ਰਿਪਤ ਨਹੀਂ ਹੋਇਆ। ਹਾਂਜੀ, ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਫਿਰ ਉਹ ਤਾਂ ਸਗੋਂ ਕੂਕਰ ਦੀ ਨਿਆਈ ਉਦਮ ਕਰਦਾ ਹੈ, ਗਲੀ ਗਲੀ ਭੱਜਾ ਫਿਰਦਾ ਹੈ, ਘਰ ਘਰ ਦੇ ਅੰਦਰ ਵੜਦਾ ਹੈ, ਫਟਕਾਰਾਂ ਵੀ ਪੈਂਦੀਆਂ ਨੇ, ਸੋਟੀਆਂ ਵੀ ਪੈਂਦੀਆਂ ਨੇ, ਸ਼ਬਦ ਵੀ ਸੁਣਨੇ ਪੈਂਦੇ ਨੇ, ਫਿਰ ਵੀ ਭਾਂਡੇ ਭਾਂਡੇ ਚ ਮੂੰਹ ਪਾਈ ਜਾਂਦਾ ਹੈ।
ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ, ਸਭ ਕੁਝ ਖਾਈ ਜਾਂਦਾ। ਕੁੱਕਰ ਦੀ ਨਿਆਈ ਮਨੁੱਖ ਯਤਨ ਕਰਦਾ। ਹਾਂਜੀ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕੈ। ਇਸੇ ਤਰ੍ਹਾਂ ਕਾਮਵੰਤ ਮਨੁੱਖ ਜਿਹੜਾ ਹੈ, ਭਾਵੇਂ ਉਹ ਕਿੰਨੀਆਂ ਇਸਤਰੀਆਂ ਦਾ ਪਤੀ ਕਿਉਂ ਨਾ ਹੋਵੇਗਾ, ਪਰ ਉਹਦਾ ਪਰ ਗ੍ਰਹਿ ਜੋਹਣ ਵਾਲਾ ਇਹ ਪੱਖ ਕਦੇ ਮੁੱਕਦਾ ਨਹੀਂ ਹੈ, ਉਹ ਰੱਜਦਾ ਹੀ ਨਹੀਂ ਕਦੇ, ਉਹਦੀ ਇਹ ਤ੍ਰਿਸ਼ਨਾ ਕਦੇ ਮਿਟਦੀ ਹੀ ਨਹੀਂ। ਹਾਂਜੀ, ਦਿਨ ਪ੍ਰਤ ਕਰੈ ਕਰੈ ਪਸ਼ੂ ਤਾਪੈ, ਸੋਗ ਲੋਭ ਮਹ ਸੂਕੈ। ਉਹ ਕਦੇ ਸੋਗ ਦੇ ਵਿੱਚ ਹੈ, ਕਦੇ ਦੁੱਖ ਦੇ ਵਿੱਚ ਹੈ, ਦਿਨ ਪ੍ਰਤੀ ਦਿਨ ਉਹ ਇਸ ਆਪਣੀ ਕਾਮ ਪੂਰਤੀ ਵਾਸਤੇ ਤੁਰਿਆ ਫਿਰਦਾ, ਔਰ ਇਹਦੇ ਵਿੱਚ ਉਹਦੀ ਜਿਹੜੀ ਆਤਮਕ ਉਨਤੀ ਹੈ, ਜਿਹੜੀ ਉਹਦੀ ਧਾਰਮਿਕ ਕੋਈ ਕਮਾਈ ਹੈ, ਜਿਹੜਾ ਉਹਦਾ ਆਤਮਕ ਜੀਵਨ ਹੈ, ਉਹ ਸੁੱਕ ਜਾਂਦਾ। ਕਦੇ ਪਛਤਾਉਂਦਾ ਹੈ, ਕਦੇ ਅਫਸੋਸ ਕਰਦਾ, ਕਦੇ ਦੁਖੀ ਹੁੰਦਾ, ਪਰ ਜਿਵੇਂ ਕਾਮੀ ਮਨੁੱਖ ਕਾਮ ਵਾਲੇ ਪਾਸਿਓਂ, ਪਦਾਰਥਾਂ ਦੀ ਚੇਸ਼ਟਾ ਰੱਖਣ ਵਾਲਾ ਪਦਾਰਥਾਂ ਵਾਲੇ ਪਾਸਿਓਂ ਕਦੇ ਤ੍ਰਿਪਤ ਨਹੀਂ ਹੁੰਦਾ। ਹਾਂਜੀ, ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਸਤਿਗੁਰੂ ਹੁਣ ਸਾਨੂੰ ਇਹਦਾ ਸਮਾਧਾਨ ਦੱਸਦੇ ਨੇ ਕਿ ਹਰ ਹਰ ਨਾਮ ਅਪਾਰ ਅਮੋਲਾ, ਜਿਹੜਾ ਰੱਬ ਦਾ ਨਾਮ ਹੈ, ਜਿਹਦਾ ਪਾਰਾਵਾਰ ਕੋਈ ਨਹੀਂ ਹੈ, ਜਿਹਦੀ ਕੀਮਤ ਕੋਈ ਨਹੀਂ ਦੁਨੀਆਂ ਵਿੱਚ। ਵੇਖੋ, ਸੰਸਾਰ 'ਚ ਹਰ ਚੀਜ਼ ਦੀ ਕੀਮਤ ਹੈ, ਪਰ ਪਰਮੇਸ਼ਰ ਦੀ ਭਗਤੀ ਸਿਫਤ ਸਲਾਹ ਦੀ ਕੋਈ ਕੀਮਤ ਨਹੀਂ ਹੈਗੀ। ਇਹ ਸਾਡੀਆਂ ਮੰਨੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਕਿ ਅਖੰਡ ਪਾਠ ਦੀ ਮੋਖ ਕਿੰਨੀ ਹੈ, ਜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣਾ ਹੋਵੇ ਉਹਦੀ ਮੋਖ ਕਿੰਨੀ ਹੈ, ਜੇ ਅਸੀਂ 2 ਘੰਟੇ ਕੀਰਤਨ ਕਰਾਉਣਾ ਹੋਵੇ ਉਹਦੀ ਮੋਖ ਕਿੰਨੀ ਹੈ। ਅਸਲ ਵਿੱਚ ਇਹ ਮੋਖ ਜਿਨ੍ਹਾਂ ਨੇ ਉਹ ਪਾਠ ਕਰਨਾ ਹੈ, ਇਹ ਉਹਨਾਂ ਦੇ ਦਾ ਮਿਹਨਤਾਨਾ ਹੈ ਭਾਈ, ਇਹ ਭਗਤੀ ਦੀ ਕੀਮਤ ਨਹੀਂ ਹੈ। ਕੀਰਤਨ ਦਾ ਮੁੱਲ ਕੌਣ ਦੇ ਸਕਦਾ, ਸੁਖਮਨੀ ਦਾ ਮੁੱਲ ਕੌਣ ਦੇ ਸਕਦਾ, ਸਤਿਗੁਰੂ ਪਿਤਾ ਮਹਾਰਾਜ ਦੀ ਬਾਣੀ ਦੀ ਕੌਣ ਕੀਮਤ ਦੇ ਸਕਦਾ। ਇੱਥੇ ਪਾਠ ਕਰਨ ਵਾਲੇ ਦੇ ਮਿਹਨਤਾਨੇ ਨੂੰ ਸ਼ਾਇਦ ਅਸੀਂ ਸੋਚ ਲਈਏ ਕਿ ਅਸੀਂ ਕੋਈ ਚੀਜ਼ ਮੁੱਲ ਖਰੀਦ ਲਈ ਹੈ, ਤੇ ਤਾਂ ਆਪਣੇ ਆਪ ਨਾਲ ਵੀ ਧੋਖਾ ਹੈ ਭਾਈ। ਪਰਮਾਤਮਾ ਦੀ ਜਿਹੜੀ ਭਗਤੀ ਹੈ, ਇਸੇ ਕਰਕੇ ਕਹਿੰਦੇ ਨਾ ਧਰਮ ਬਰਾਬਰ ਹੈ ਸਾਰਿਆਂ ਵਾਸਤੇ, ਅਮੀਰ ਗਰੀਬ ਵਾਸਤੇ। ਹੁਣ ਜਪਜੀ ਸਾਹਿਬ ਦਾ ਪਾਠ ਕਰਨਾ, ਉਨਾ ਹੀ ਸਮਾਂ ਅਮੀਰ ਨੂੰ ਲੱਗਣਾ, ਉਨਾ ਹੀ ਗਰੀਬ ਨੂੰ ਲੱਗਣਾ। ਹੁਣ ਅਮੀਰ ਕਹੇ ਮੈਂ ਕਿਸੇ ਕੋਲੋਂ ਕਰਾ ਲਵਾਂ, ਭਾਈ ਤੂੰ ਨਹੀਂ ਕਰਾ ਸਕਦਾ। ਜੇ ਤੂੰ ਮੰਨਦਾ ਕਿ ਪਾਠ ਕਿਸੇ ਤੋਂ ਹੋ ਸਕਦਾ ਹੈ, ਤੇ ਫਿਰ ਤੂੰ ਚਾਹ ਵੀ ਕਿਸੇ ਤੋਂ ਪਿਆ ਲਿਆ ਕਰ, ਪ੍ਰਸ਼ਾਦਾ ਵੀ ਕਿਸੇ ਤੋਂ ਖਵਾ ਲਿਆ ਕਰ, ਕੱਪੜੇ ਵੀ ਕਿਸੇ ਤੋਂ ਪਵਾ ਲਿਆ ਕਰ, ਤੈਨੂੰ ਕੀ ਲੋੜ ਹੈ। ਐਵੇਂ ਟੇਲਰ ਕੋਲ ਜਾਣਾ ਤੂੰ ਆਪਣਾ ਮੇਚਾ ਦੇਣ ਵਾਸਤੇ, ਕਿਸੇ ਨੌਕਰ ਨੂੰ ਘੱਲਤਾ ਵੀ ਜਾ ਆਪਣਾ ਮੇਚਾ ਦੇ ਆ ਭਾਈ, ਕੋਈ ਚੰਗੇ ਮਹਿੰਗੇ ਕੱਪੜੇ ਦੀ ਲੈਂਥ ਭੇਜਤੀ ਟੇਲਰ ਨੂੰ, ਉਹਨੂੰ ਨੌਕਰ ਨੂੰ ਸੂਟ ਪਵਾ ਦਿੱਤਾ। ਬਾਕੀ ਤੂੰ ਕਿਤੇ ਵੀ ਵਿਸ਼ਵਾਸ ਨਹੀਂ ਕਰਦਾ, ਤੂੰ ਆਪ ਹੀ ਨਹੀਂ ਮੰਨਦਾ, ਤੂੰ ਆਪ ਹੀ ਕਹਿੰਦਾ ਕਿ ਬਿਨਾਂ ਮਰੇ ਤੋਂ ਕਦੇ ਮੁਕਤੀ ਨਹੀਂ ਮਿਲਦੀ। ਤੂੰ ਇਹ ਕਿਵੇਂ ਮੰਨ ਲਿਆ ਵੀ ਪਾਠ ਕੋਈ ਕਰੇਗਾ ਤੇ ਭਗਤੀ ਤੇਰੀ ਹੋ ਜਾਏਗੀ? ਭਾਈ ਠੀਕ ਹੈ, ਤੂੰ ਧਰਮ ਕਰਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਜਿੱਦਣ ਤੈਨੂੰ ਸਮਝ ਆਏਗੀ ਤੂੰ ਆਪ ਵੀ ਕਵੇਂਗਾ, ਔਰ ਇਹ ਗੱਲ ਜੀਵਨ ਵਿੱਚ ਸਮਝਣ ਦੀ ਲੋੜ ਹੈ। ਤ੍ਰਿਸ਼ਨਾ ਦੇ ਵਿੱਚ ਪੈ ਕੇ, ਪਦਾਰਥਾਂ ਦੀ ਭੁੱਖ ਵਿੱਚ ਪੈ ਕੇ ਬੰਦੇ ਨੇ ਆਪਣਾ ਜੀਵਨ ਦਾ ਸਮਾਂ ਗਵਾ ਲਿਆ। ਆਇਓ ਸੁਣਨ ਪੜ੍ਹਨ ਕੋ ਬਾਣੀ, ਜੀਵਨ ਦਾ ਮਨੋਰਥ ਇਹ ਨਹੀਂ ਸੀ, ਇੱਕ ਵੱਡੇ ਅੰਪਾਇਰ ਖੜੇ ਕਰਨੇ ਤੇਰਾ ਮਨੋਰਥ ਨਹੀਂ ਸੀ, ਤੂੰ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਸਟਰਕਚਰ ਖੜੇ ਕਰਨ ਵਾਸਤੇ ਨਹੀਂ ਸੀ ਆਇਆ ਭਾਈ। ਅਸਲ ਵਿੱਚ
ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਤਨ ਤੇ ਕਰਨੇ ਸੀ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਤੇਰਾ ਜਨਮ ਜਦੋਂ ਵੀ ਵਿਅਰਥ ਜਾਏਗਾ ਉਹ ਮਾਇਆ ਦੇ ਰੰਗਾਂ ਕਰਕੇ ਮਾਇਆ ਦੇ ਤਮਾਸ਼ਿਆਂ ਕਰਕੇ ਮਾਇਆ ਦੀ ਚਮਕ ਦਮਕ ਕਰਕੇ ਇਹਨਾਂ ਮਾਇਆ ਦੀਆਂ ਖੇਡਾਂ ਕਰਕੇ ਜਾਏਗਾ ਭਾਈ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਸੁਖ ਕਿਹਦੇ ਕੋਲ ਹੈ ਸਹਿਜ ਕਿਹਦੇ ਕੋਲ ਹੈ ਆਨੰਦ ਕਿਹਦੇ ਕੋਲ ਹੈ ਕਹਿੰਦੇ ਸੰਤਾਂ ਦੇ ਕੋਲ ਹੈ ਤੇ ਇਹ ਸਮਝ ਕਿੱਥੋਂ ਆਏਗੀ ਇਹ ਤਾਂ ਭਾਈ ਕੋਈ ਗੁਰੂ ਸਮਝਾਏਗਾ ਇਹੀ ਤਾਂ ਗੁਰੂ ਦੀ ਲੋੜ ਸੀ ਇਹੀ ਧਰਮ ਦੀ ਲੋੜ ਸੀ ਜਿਸ ਦਿਨ ਅਸੀਂ ਸੰਗਤ ਵਿੱਚ ਆ ਕੇ ਚਟਸਾਲ ਵਿੱਚ ਆ ਕੇ ਇਹ ਸਿੱਖ ਲਿਆ ਸਮਝ ਲਿਆ ਮਨ ਮੰਨ ਗਿਆ ਫਿਰ ਸਾਨੂੰ ਬਹੁਤ ਸਾਰੀ ਜਿਹੜੀ ਅੱਜ ਕੱਲ੍ਹ ਉਹ ਇੱਕ ਕਮਰਸ਼ੀਅਲ ਐਡ ਦਿੰਦੇ ਆ ਨਾ ਸਾਨੂੰ ਉਹਦੀ ਲੋੜ ਨਹੀਂ ਪੈਗੀ ਬੜੀਆਂ ਛੂਟਾਂ ਦੇਣ ਦੀ ਬੜੇ ਦੀਵਾਲੀ ਬੰਪਰ ਅੱਜ ਕੱਲ੍ਹ ਕੱਢੇ ਜਾਂਦੇ ਨੇ ਧਰਮ ਦੇ ਨਾਲ ਜੋੜਨ ਵਾਸਤੇ ਠੀਕ ਹੈ ਕਿਸੇ ਬੱਚੇ ਨੂੰ ਮੈਨੂੰ ਸਮਝ ਆਉਂਦੀ ਹੈ ਕਿ ਬੱਚਾ ਸਕੂਲ ਨਹੀਂ ਜਾਂਦਾ ਉਹਨੂੰ ਕੈਂਡੀ ਦੇ ਦਿਓ ਉਹਨੂੰ ਚੋਕਲੇਟ ਦੇ ਦਿਓ ਹੁਣ ਇੱਥੇ 50 ਸਾਲ ਦੇ ਬੱਚੇ ਨੂੰ ਵੀ ਕੈਂਡੀ ਚੋਕਲੇਟ ਦੇ ਕੇ ਗੁਰਦੁਆਰੇ ਘੱਲੋਗੇ ਤੁਸੀਂ ਕਿ ਤੂੰ ਇਹ ਕਰੇਗਾ ਤਾਂ ਅਸੀਂ ਤੈਨੂੰ ਆਹ ਦੇਵਾਂਗੇ ਨਹੀਂ ਭਾਈ ਇਹ ਤਾਂ ਕੰਚਨ ਸਿਉਂ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਇੱਥੇ ਤਾਂ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਇੱਥੇ ਤਾਂ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਇੱਥੇ ਤਾਂ ਗੁਰੂ ਦੇ ਘਰ ਵਿੱਚ ਇਸ ਮਾਰਗ ਤੇ ਤੁਰਨਾ ਸੀ ਹਾਂਜੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਸੂਹੀ ਰਾਗ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਜੋ ਲੜੀਵਾਰ ਕਥਾ ਆਪਾਂ ਰੋਜ਼ ਸਰਵਣ ਕਰਦੇ ਹਾਂ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾਂ ਉਹ ਤੱਕੜੀ ਕਿਹੜੀ ਹੈ ਉਹ ਵੱਟੇ ਕਿਹੜੇ ਨੇ ਉਹ ਸੁਨਿਆਰਾ ਕੌਣ ਹੈ ਉਹ ਕੌਣ ਸਰਾਫ ਹੈ ਕਿਹਦੇ ਕੋਲੋਂ ਜਾ ਕੇ ਮੈਂ ਪੁੱਛਾਂ ਹਾਂਜੀ ਕੌਣ ਗੁਰੂ ਕੈ ਪਹਿ ਦਿਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਗੁਰੂ ਹੈ ਜਿਹਦੇ ਕੋਲੋਂ ਮੈਨੂੰ ਦੀਖਿਆ ਉਪਦੇਸ਼ ਮਿਲ ਸਕਦਾ ਹੈ ਸਿੱਖਿਆ ਮਿਲ ਸਕਦੀ ਹੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਹੇ ਪਰਮਾਤਮਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਮੈਨੂੰ ਨਹੀਂ ਪਤਾ ਅੰਤ ਨਾ ਜਾਪੈ ਕਿਆ ਮਨਮੰਤ ਮੈਨੂੰ ਕੀ ਪਤਾ ਤੂੰ ਜਲ ਥਲ ਮਹੀਅਲ ਭਰ ਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਤੇਰਾ ਅੰਤ ਮੈਂ ਕੀ ਜਾਣਾ ਤੂੰ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਹਰ ਥਾਂ ਤੇ ਰਮਿਆ ਹੋਇਆ ਤੂੰ ਆਪੇ ਸਰਬ ਸਮਾਣਾ ਸਾਰੀਆਂ ਥਾਵਾਂ ਤੇ ਜਰੇ ਜਰੇ ਵਿੱਚ ਵਿਆਪਕ ਹੈ ਜੈ ਜੈ ਪੇਖੋ ਤੈ ਹਜੂਠ ਮੈਂ ਤੇਰਾ ਅੰਤ ਕੀ ਪਾ ਸਕਦਾ ਮੈਂ ਮੱਛਲੀ ਕੈਸੇ ਅੰਤ ਲਹਾ ਤੂੰ ਦਰਿਆਓ ਦਾਨਾ ਬੀਨਾ ਤੂੰ ਤੇ ਦਰਿਆ ਹੈ ਸਮੁੰਦਰ ਹੈ ਉਹਦੇ ਵਿੱਚ ਰਹਿਣ ਵਾਲੀ ਛੋਟੀ ਜਿਹੀ ਮੱਛੀ ਮੈਂ ਤੇਰਾ ਕਿਵੇਂ ਅੰਤ ਪਾ ਸਕਦੀ ਹਾਂ ਹਾਂਜੀ ਰਹਾਉ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਮਨ ਦੀ ਤਰਾਜੀ ਬਣਾ ਕੇ ਚਿੱਤ ਦੇ ਵੱਟੇ ਬਣਾ ਕੇ ਹੇ ਪਰਮਾਤਮਾ ਜੇ ਮੈਂ ਤੇਰੀ ਸੇਵਾ ਦਾ ਇਹ ਸਰਾਫ ਇਹ ਸੁਨਿਆਰਾ ਕੰਮ ਕਰਨਾ ਕਰਾਂ ਘਟ ਹੀ ਭੀਤਰ ਸੋ ਸਹੋ ਤੋਲੀ
इन बिद चित रहावा ते अपने घर अंदर ही इस सराफा कम कर दिया जदों मैं घट ही पीतर सो शौ तोली उस प्रभु परमात्मा नू मैं अपने अंदर मिणांगा जानांगा तोलांगा इन बिद चित रहावा आपे कंडा तोलत राजी आपे तोलन हारा परमात्मा कंडा भी आप है वो वटे भी आप है वो तोलन वाला जिड़ा दुकानदार हटी वाला है परमात्मा सारा कुछ तू आप है सारे रूपां दे विच तू आप ही वर्तदा है। हाँ जी आपे देखै आपे बूझै आपे है वण जारा ओ वेखदा भी आप है ओ बुझदा भी आप है असल विच ओ वण जारा भी आप है गली गली बाजार बाजार दे विच घूम के वेचण वाला सौदा भी करन वाला ओ आप है वेखदा भी आप है समझदा बुझदा भी ओ आप है। हाँ जी अंदुला नीच जात परदेसी खेने आवे तिल जावे पर मेरा मन जेड़ा है ए अंदला है इनु कुछ समझ सोझी नहीं है ए तां छिण मात्र समय दे विच देश परदेश घूम आउंदा है। हां जी ताकि संगत नानक रहदा क्यों कर मूड़ा पावे बन्नवे पातशाह जगत गुरु गुरु नानक दे पिता महाराज फिर अपना नाम इत्थे दर्ज करके सानू समझाउंदे ने कि ताकि संगत नानक रहंदा क्यों कर मूड़ा पावे अगर इस मन दी संगत दे विच कोई रहेगा तो उन्हूं किवें उस परमात्मा दी प्राप्ति हो सकती है। इस दे नाल ही समा समाप्त है भुला मेरिया ने खिमा कर देनिया उपदेश सतगुरु जी का है अपने पले बन लेना सिंह साहब ज्ञानी जगतार सिंह जी हैड ग्रंथी साहब जी का बहुत बहुत धन्यवाद जिन्होंने समा वंड करदिया आप जी के दर्शन करवाए ने सतगुरु धन गुरु रामदास महाराज जी का धन श्री गुरु ग्रंथ साहब महाराज जी का कोटान कोट शुकर जिन्होंने अपनी गोद विच बिठा के दो शब्द बोलन की दात बख्शी आप संगत का धन्यवाद जो हमेशा प्यार असीस बख्शते हो आओ फतेह बुलाउण तो पहला शब्द दिया जो अंतलियां दो पंक्तियां ने उन्हां दा पाठ सरवण करिए। हाँ जी अंदुला नीच जात परदेसी खेने आवे तिल जावे ताकि संगत नानक रहंदा क्यों कर मूड़ा पावे वाहे गुरु जी का खालसा वाहे गुरु जी की फतेह।